ਹੀ ਗਰਾਊਂਡ ਦੇ ਵਿੱਚ ਕੀਤਾ? ਬਹੁਤ ਖੁਸ਼ੀ ਦਾ ਮਾਹੌਲ ਹੈ ਜੀ, ਬਹੁਤ ਖੁਸ਼ੀ ਆ, ਅਸੀਂ ਮੈਡਲ ਲੈ ਕੇ ਆਏ ਹਾਂ। ਇਹ ਸਰਦਾਰ ਸ਼ਾਮ ਸਿੰਘ ਦੀ ਟਾਹਲੀ ਆ ਜੀ, ਇਹ ਤਾਂ ਬਹੁਤ ਮਾਣ ਵਾਲੀ ਗੱਲ ਹੈ। ਅਸੀਂ ਇਸ ਪਿੰਡ ਤੋਂ ਉੱਠ ਕੇ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ ਅਤੇ ਅੱਜ ਅਸੀਂ ਦੇਸ਼ ਲਈ ਮੈਡਲ ਲੈ ਕੇ ਆਏ ਹਾਂ। ਅਤੇ ਇੱਦਾਂ ਹੀ ਗਾਂਹ ਅਸੀਂ ਮੈਡਲ ਲੈਂਦੇ ਆਵਾਂਗੇ ਅਤੇ ਟਾਹਲੀ ਗਰਾਊਂਡ 'ਚ ਅਸੀਂ ਇੱਦਾਂ ਹੀ ਸਾਡਾ ਸਮਾਂ ਹੁੰਦਾ ਰਹੂਗਾ। ਅੱਜ ਪਿੰਡ ਵਾਲਿਆਂ ਵੱਲੋਂ ਤੁਹਾਡਾ ਸਵਾਗਤ ਕੀਤਾ ਗਿਆ, ਕਿੰਨਾ ਖੁਸ਼ੀ ਹੋ ਰਹੀ ਹੈ? ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਜੀ, ਬਹੁਤ ਜ਼ਿਆਦਾ ਖੁਸ਼ੀ ਆ ਜੀ। ਇਹ ਖੁਸ਼ੀ ਹਰ ਵਾਰ ਮਿਲਦੀ ਆ ਜੀ। ਪਿਛਲੀਆਂ ਅਸੀਂ ਕਾਮਨਵੈਲਥ ਗੇਮਾਂ 'ਚ ਮੈਡਲ ਲੈ ਕੇ ਆਏ ਸੀ, ਓਲੰਪਿਕ 'ਚ ਮੈਡਲ ਲੈ ਕੇ ਆਏ ਸੀ, ਅੱਜ ਅਸੀਂ ਏਸ਼ੀਅਨ ਚੈਂਪੀਅਨ ਟਰੋਫੀ 'ਚ ਮੈਡਲ ਲੈ ਕੇ ਆਏ ਹਾਂ। ਅਤੇ ਸਾਨੂੰ ਹਰ ਸਮਾਨ ਇੱਦਾਂ ਹੀ ਸਾਨੂੰ ਸਨਮਾਨਿਤ ਮਿਲਦਾ ਵਾ, ਅਤੇ ਸਾਨੂੰ ਬਹੁਤ ਖੁਸ਼ੀ ਆ ਜੀ ਇਸ ਚੀਜ਼ ਦੀ। ਗਰਾਊਂਡ ਦਾ ਉਪਰਾਲਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਸੀਂ ਜਿਹੜੇ ਆਪਣੇ ਸਪੋਰਟਸ ਮਿਨਿਸਟਰ ਆ ਮੀਟੇਅਰ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਕਿ ਸਾਡੀ ਜਿਹੜੀ ਗਰਾਊਂਡ ਆ ਉਹ ਗਰਾਸ ਦੀ ਗਰਾਊਂਡ ਆ ਅਤੇ ਸਾਨੂੰ ਐਸਟ੍ਰੋ ਟਰਫ ਦਿੱਤੀ ਜਾਵੇ, ਜਿਹੜੇ ਸਾਡੇ ਪਲੇਅਰ ਆ ਉਹਨਾਂ ਜਿਹੜਾ ਬੇਸਿਕ ਆ ਉਹ ਥੋੜ੍ਹਾ ਸਟਰੋਂਗ ਹੋਵੇ। ਅਤੇ ਸਾਡੇ ਪਿੰਡ ਦੇ ਵਿੱਚੋਂ ਕਾਫੀ ਬੱਚੇ ਨੇ ਜਿਹੜੇ ਇਸ ਟਾਈਮ ਅਕੈਡਮੀਆਂ ਦੇ ਵਿੱਚ ਖੇਡ ਰਹੇ ਨੇ, ਅਤੇ ਉਹ ਇਸ ਟਾਈਮ ਸਾਨੂੰ ਲੱਗਦਾ ਕਿ ਨੈਕਸਟ ਉਹ ਇੰਡੀਆ ਟੀਮ ਦੇ ਵਿੱਚ ਜ਼ਰੂਰ ਜਾਣਗੇ ਅਤੇ ਮੈਡਲ ਲੈ ਕੇ ਆਉਣਗੇ। ਨੌਜਵਾਨਾਂ ਨੂੰ ਕੀ ਅਪੀਲ ਹੈ? ਨੌਜਵਾਨਾਂ ਨੂੰ ਇਹੋ ਅਪੀਲ ਆ ਜੀ, ਨਸ਼ਿਆਂ ਤੋਂ ਦੂਰ ਰਹਿਣ, ਵੱਧ ਤੋਂ ਵੱਧ ਗਰਾਊਂਡ 'ਚ ਆਉਣ ਅਤੇ ਆਪਣੀ ਮਿਹਨਤ ਕਰਨ, ਅੱਗੇ ਵਧਣ। ਮੈਂ ਇਹੋ ਕਹਿਣਾ ਚਾਹੁੰਦਾ ਸਾਡੇ ਪਿੰਡ ਦੇ ਹਰਚੰਦ ਸਿੰਘ, ਗੁਰਪ੍ਰੀਤ ਸਿੰਘ, ਇਹ ਨਵੇਂ ਕੋਚ ਨੇ ਇੱਥੇ ਟਾਰੀ ਦੇ ਵਿੱਚ, ਇਹ ਬੱਚਿਆਂ ਨੂੰ ਪ੍ਰੈਕਟਿਸ ਕਰਵਾ ਰਹੇ ਆ ਬਹੁਤ ਜ਼ਿਆਦਾ। ਇਹਨਾਂ ਨੇ ਮਿਹਨਤ ਕਰਵਾਈ ਬੱਚਿਆਂ ਨੂੰ, ਇਸ ਟਾਈਮ ਇਹਨਾਂ ਦੇ ਖਿਲਾਫ ਜਿਹੜੇ ਬੱਚੇ ਨੇ ਉਹ ਅਕੈਡਮੀਆਂ ਦੇ ਵਿੱਚ ਗਏ ਆ ਅਤੇ ਉਹ ਹਰ ਸਾਲ ਜਦੋਂ ਵੀ ਅਕੈਡਮੀ 'ਚੋਂ ਖੇਡ ਕੇ ਆਉਂਦੇ ਮੈਡਲ ਲੈ ਕੇ ਆਉਂਦੇ। ਹੁਣ ਇਸ ਟਾਈਮ ਨੈਸ਼ਨਲ ਦੇ ਵਿੱਚ ਤਾਰੀ ਦੇ ਦੋ ਤਿੰਨ ਮੁੰਡੇ ਖੇਡਣ ਗਏ ਆ ਜੀ, ਮੈਡਲ ਲੈ ਕੇ ਆਏ ਆ, ਅਤੇ ਇਹਨਾਂ ਦੀ ਸਾਰੀ ਬਦੌਲਤ ਆ ਜਿਹੜੇ ਮਿਹਨਤ ਕਰਵਾ ਰਹੇ ਨੇ। ਅਤੇ ਮੈਂ ਇਹੋ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਦੇ ਬੱਚਿਆਂ ਨੂੰ ਮਿਹਨਤ ਕਰਵਾਉਣ, ਇਹ ਬੱਚੇ ਸਾਡੇ ਆ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੱਕ ਜਾਣ। ਆਉਣ ਵਾਲੇ ਸਮੇਂ 'ਤੇ ਇੰਟਰਨੈਸ਼ਨਲ ਪਲੇਅਰ ਹੋਰ ਲੱਭਣਗੇ ਜੀ ਅਟਾਰੀ ਵਿੱਚ? ਬਿਲਕੁਲ ਬਿਲਕੁਲ ਲੱਭਣਗੇ ਜੀ, ਸਾਡੇ ਅਟਾਰੀ ਦੇ ਵਿੱਚ 100 ਪਲੱਸ ਬੱਚਾ ਆ ਰਿਹਾ ਹਾਕੀ ਖੇਡਣ ਦੇ ਵਿੱਚ ਅਤੇ ਕਾਫੀ ਹੋਣਹਾਰ ਬੱਚੇ ਨੇ ਅਟਾਰੀ ਦੇ, ਅਤੇ ਸਾਨੂੰ ਹੋਰ 2-3 ਸਾਲਾਂ ਦੇ ਵਿੱਚ ਸਾਨੂੰ ਬੱਚੇ ਜ਼ਰੂਰ ਇੰਡੀਆ ਟੀਮ ਦੇ ਵਿੱਚ ਮਿਲਣਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਵੀ ਸਾਡੇ ਪਿੰਡ ਮੀਡੀਆ ਦੇ ਤੌਰ 'ਤੇ ਆਏ ਜੋ। ਅਤੇ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਹੈ ਜੀ, ਮੈਂ ਅਟਾਰੀ ਹਾਕੀ ਕੋਚ ਇੱਥੇ ਆਪਣੀ ਕੋਚਿੰਗ ਦੇ ਰਿਹਾ ਜੀ। ਅਤੇ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਆ, ਖੁਸ਼ੀ ਵਾਲੀ ਗੱਲ ਆ ਵੀ ਜੁਗਰਾਜ ਸਿੰਘ ਜੋ ਕਿ ਏਸ਼ੀਅਨ ਚੈਂਪੀਅਨ ਟਰੋਫੀ ਵਿੱਚ ਗੋਲਡ ਮੈਡਲ ਲੈ ਕੇ ਆਇਆ, ਅਤੇ ਲਾਸਟ ਮਿੰਟਾਂ ਵਿੱਚ ਵੀ ਮੁਕਾਬਲਾ ਬਹੁਤ ਹੀ ਸਖਤ ਸੀ ਜੀ, ਉਹਦੇ ਵਿੱਚ ਲਾਸਟ ਮਿੰਟਾਂ ਲਾਸਟ 7 ਮਿੰਟ ਰਹਿ ਗਏ ਜਿਹਦੇ ਵਿੱਚ ਜੁਗਰਾਜ ਸਿੰਘ ਨੇ ਗੋਲ ਕੀਤਾ ਜੀ। ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਲਾਸਟ ਗੋਲ ਵੀ ਜੁਗਰਾਜ ਸਿੰਘ ਦਾ ਹੋਇਆ, ਚਲੋ ਟੀਮ ਸਾਰੀ ਦਾ ਜ਼ੋਰ ਲੱਗਾ, ਚਲੋ ਲਾਸਟ ਗੋਲ ਇਹਦੇ ਹਿੱਸੇ ਆਇਆ ਜੀ, ਅਤੇ ਬਹੁਤ ਹੀ ਜ਼ਿਆਦਾ ਮਾਣ ਵਾਲੀ ਗੱਲ ਹੈ ਜੀ। ਅੱਜ ਸਾਡੇ ਜੋ ਅੱਜ ਜੁਗਰਾਜ ਸਿੰਘ ਜੀ ਇੱਥੇ ਪਹੁੰਚੇ ਨੇ ਅਟਾਰੀ ਹਾਕੀ ਗਰਾਊਂਡ, ਸਿੱਧਾ ਵੀ ਇਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਜੀ। ਅੱਜ ਕਿੰਨਾ ਸਵਾਗਤ ਗਿਆ, ਕਿੰਨੀ ਖੁਸ਼ੀ ਦੀ ਲਹਿਰ ਹੈ ਲੱਗਦੇ? ਤੁਸੀਂ ਦੇਖਿਆ ਹੀ ਹੈ ਜੀ, ਇਹ ਅਟਾਰੀ 'ਚ ਤਾਂ ਵਿਆਹ ਵਾਲਾ ਮਾਹੌਲ ਹੈ ਜੀ ਸਾਡੇ, ਹਰ ਵਾਰ ਹੁੰਦਾ ਹੈ ਜੀ। ਜਦੋਂ ਬਰਮਿੰਘਮ ਦੇ ਵਿੱਚ ਕਾਮਨਵੈਲਥ ਗੇਮਸ ਦੇ ਵਿੱਚ ਬਰਾਊਂਸ ਮੈਡਲ ਲੱਗਿਆ ਸੀ ਉਦੋਂ ਵੀ ਇਹੋ ਜੀ, ਅਤੇ ਹੁਣ ਲਾਸਟ ਟਾਈਮ ਜਦੋਂ ਓਲੰਪਿਕ ਦੇ ਵਿੱਚ ਬਰਾਊਂਸ ਮੈਡਲ ਆਇਆ ਜੀ, ਉਦੋਂ ਵੀ ਸਾਡੇ ਵਿਆਹ ਵਾਲਾ ਮਾਹੌਲ, ਬਹੁਤ ਜ਼ਿਆਦਾ ਖੁਸ਼ੀ ਹੈ ਜੀ। ਅਤੇ ਇਹਨਾਂ ਜੁਗਰਾਜ ਸਿੰਘ ਦੀ ਆਉਣ ਦੀ ਖੁਸ਼ੀ ਦੇ ਵਿੱਚ ਸਾਨੂੰ NRI ਵੀਰਾਂ ਨੇ ਇਹਦੀ ਜਿੱਤਣ ਦੀ ਖੁਸ਼ੀ ਦੇ ਵਿੱਚ, ਗੋਲਡ ਮੈਡਲ ਦੀ ਖੁਸ਼ੀ ਦੇ ਵਿੱਚ ਸਾਨੂੰ NRI ਵੀਰ ਨੇ ਆ ਜੋ ਕਿ ਸਾਨੂੰ ਸਮਾਨ ਪ੍ਰੋਵਾਈਡ ਕੀਤਾ, ਗੋਲਕੀਪਰ ਦੀ ਕਿੱਟ ਹੈਗੀ ਜੀ ਅਤੇ 100 ਫੁੱਟ ਦਾ ਨੈੱਟ ਹੈਗਾ ਜੀ, ਉਹਦੇ ਵਿੱਚ ਸਾਨੂੰ NRI ਵੀਰ ਜਿਹੜੇ ਭੇਜਣ ਵਾਲੇ ਸਮਾਨ ਜੀ, ਹਰ ਸਮੇਂ ਦੇ ਸਾਨੂੰ NRI ਵੀਰ ਸਮਾਨ ਭੇਜਦੇ ਆ ਜੀ, ਜੁਗਰਾਜ ਸਿੰਘ, ਸ਼ਮਸ਼ੇਰ ਸਿੰਘ, ਇਹਨਾਂ ਦੀ ਮਦਦ ਹੁੰਦੀ ਹੈ ਜੀ। ਹੁਣ ਇਸ ਟਾਈਮ ਸਾਨੂੰ ਇਸ ਗੋਲਕੀਪਰ ਦੀ ਜਿਹੜੀ ਕਿੱਟ ਆ ਅਰਸ਼ਦੀਪ ਕੈਨੇਡਾ ਨੇਸਟਾ ਤੋਂ ਹੈਗੇ ਨੇ ਜੀ, ਕਰਨਵੀਰ ਸਿੰਘ ਸੰਧੂ ਜੋ ਕਿ ਕੈਨੇਡਾ ਹੈਗਾ ਅਤੇ ਜਗਰੂਪ ਸਿੰਘ ਮਿੱਠੂ ਮੁੰਡਾ ਨਿਊਜ਼ੀਲੈਂਡ ਹੈਗਾ, ਉਹਨਾਂ ਵੱਲੋਂ ਸਾਨੂੰ ਜੁਗਰਾਜ ਸਿੰਘ ਦੇ ਜਿੱਤਣ ਦੀ ਖੁਸ਼ੀ ਦੇ ਵਿੱਚ, ਏਸ਼ੀਅਨ ਚੈਂਪੀਅਨ ਟਰੋਫੀ ਜਿੱਤਣ ਦੀ ਖੁਸ਼ੀ ਵਿੱਚ ਸਮਾਨ ਪ੍ਰੋਵਾਈਡ ਕੀਤਾ ਗਿਆ, ਜੋ ਕਿ ਅੱਜ ਅਸੀਂ ਬੱਚਿਆਂ ਦੇ ਵਿੱਚ
ਦਿੱਤਾ ਹੋਇਆ ਜੁਗਰਾਜ ਸਿੰਘ ਦੇ ਸ਼ੁਭ ਹੱਥਾਂ ਦੇ ਨਾਲ ਬੱਚਿਆਂ ਨੂੰ ਆਪਾਂ ਸੌਂਪ ਦਿੱਤਾ ਹੋਇਆ ਜੀ, ਅਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ।